ਵੱਡੀ ਅਪਡੇਟ ਹੈ ਦੱਸਦੇ ਕਿ ਰਵਨੀਤ ਸਿੰਘ ਬਿੱਟੂ ਜੋ ਕਿ ਪੰਜਾਬ ਤੋਂ ਕੇਂਦਰੀ ਮੰਤਰੀ ਨੇ ਉਹਨਾਂ ਨੂੰ ਘੱਟ ਗਿਣਤੀ ਵਾਲੇ ਮਹਿਕਮੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕ੍ਰਿਸ਼ਨ ਵੱਡੀ ਅਪਡੇਟ ਹੈ ਮਨਿਓਰਟੀ ਵਾਲਾ ਮਹਿਕਮਾ ਉਹਨਾਂ ਨੂੰ ਸੌਂਪਿਆ ਗਿਆ। ਹਾਲਾਂਕਿ ਜੇਕਰ ਜ਼ਿਕਰ ਕੀਤਾ ਜਾਵੇ ਭਾਵੇਂ ਉਹ ਚੋਣ ਹਾਰ ਗਏ ਪਰ ਫਿਰ ਵੀ ਉਹਨਾਂ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ। ਬਿਲਕੁਲ ਬਿਲਕੁਲ, ਰਵਨੀਤ ਸਿੰਘ ਬਿੱਟੂ ਹਾਰ ਕੇ ਵੀ ਜਿੱਤ ਚੁੱਕੇ ਨੇ ਤਾਂ ਇੱਕ ਪਾਸੇ ਰਾਜਾ ਵੜਿੰਗ ਬੈਠੇ ਹੋਇਆ ਕਰਨਗੇ, ਦੂਜੇ ਪਾਸੇ ਰਵਨੀਤ ਬਿੱਟੂ ਬੈਠੇ ਹੋਇਆ ਕਰਨਗੇ। ਦੇਖੋ ਰਵਨੀਤ ਬਿੱਟੂ ਦੀਆਂ ਅਮਿਤ ਸ਼ਾਹ ਦੇ ਨਾਲ ਬੜੀਆਂ ਨੇੜਤਾਵਾਂ ਰਹੀਆਂ ਨੇ ਆਸ਼ੀਸ਼। ਬਿਲਕੁਲ, ਰਵਨੀਤ ਬਿੱਟੂ ਨੂੰ ਇੱਕੋ ਗੱਲ ਕਹੀ ਗਈ ਸੀ ਕਿ ਬਿੱਟੂ ਸਾਹਿਬ ਜੇ ਤੁਸੀਂ ਜਿੱਤ ਗਏ ਤਾਂ ਵੀ ਸਾਡੇ ਹੋ, ਜੇ ਹਾਰ ਗਏ ਤਾਂ ਵੀ ਸਾਡੇ ਹੋ। ਇਹ ਗੱਲ ਰਵਨੀਤ ਬਿੱਟੂ ਦੇ ਦਿਲ ਨੂੰ ਅਜਿਹੀ ਲੱਗੀ ਕਿ ਬਿੱਟੂ ਨੇ ਨਾ ਪਰਿਵਾਰ ਨਾਲ ਡਿਸਕਸ ਕੀਤਾ ਨਾ ਕਿਸੇ ਦੋਸਤ ਨਾਲ ਡਿਸਕਸ ਕੀਤਾ, ਸਿੱਧੀ ਐਂਟਰੀ ਦਿੱਲੀ 'ਚ ਬੀਜੇਪੀ 'ਚ ਵੱਜਦੀ ਹੈ ਤਾਂ ਇੱਕ ਭਰੋਸਾ ਉਹਨਾਂ ਲਫਜ਼ਾਂ 'ਤੇ ਸੀ ਜਿਹੜੇ ਲਫਜ਼ ਅਮਿਤ ਸ਼ਾਹ ਦੇ ਸੀ। ਅਮਿਤ ਸ਼ਾਹ ਦੇਸ਼ ਦੇ ਹੋਮ ਮਿਨਿਸਟਰ ਬਣਨ ਜਾ ਰਹੇ ਨੇ ਇੱਕ ਵਾਰ ਫਿਰ ਤੋਂ, ਤਾਂ ਉਹਨਾਂ ਨਾਲ ਇਹਨਾਂ ਦਾ ਯਾਰਾਨਾ ਬੜਾ ਚੰਗਾ ਰਿਹਾ ਹੁਣ ਤੋਂ ਨਹੀਂ ਪਿਛਲੇ 5-7 ਸਾਲਾਂ ਤੋਂ ਸ਼ੀਸ਼ਾ। ਬਿਲਕੁਲ, ਹਾਲਾਂਕਿ ਰਵਨੀਤ ਸਿੰਘ ਬਿੱਟੂ ਨੂੰ ਜੇਕਰ ਕ੍ਰਿਸ਼ਨ ਜ਼ਿਕਰ ਕੀਤਾ ਜਾਵੇ ਤਾਂ ਮਹਿਕਮਾ ਵੀ ਵੱਡਾ ਸੌਂਪਿਆ ਗਿਆ, ਘੱਟ ਗਿਣਤੀ ਵਿਭਾਗ ਦਾ ਮੰਤਰੀ ਉਹਨਾਂ ਨੂੰ ਬਣਾਇਆ ਗਿਆ। ਹਾਲਾਂਕਿ ਜੇਕਰ ਜ਼ਿਕਰ ਕਰਾਂ ਤਾਂ ਸਿੱਖ ਚਿਹਰਾ ਦੂਸਰਾ ਹਰਦੀਪ ਪੁਰੀ, ਉਹਨਾਂ ਨੂੰ ਇਸ ਵਾਰ ਪੈਟਰੋਲੀਅਮ ਦਾ ਹੀ ਜ਼ਿੰਮਾ ਸੌਂਪਿਆ ਗਿਆ ਹੈ। ਇਸ ਤੋਂ ਪਹਿਲਾਂ ਉਹਨਾਂ ਕੋਲ ਹੋਰ ਵੀ ਕਈ ਮਹਿਕਮੇ ਸੀ, ਪਰ ਜੇਕਰ ਹੋਰ ਜ਼ਿਕਰ ਕੀਤਾ ਜਾਵੇ ਵੱਡੇ ਮਹਿਕਮਿਆਂ ਦਾ ਤਾਂ ਨਿਤਿਨ ਗਡਕਰੀ ਟਰਾਂਸਪੋਰਟ ਮੰਤਰੀ ਬਣਾਏ ਗਏ ਨੇ, ਰੱਖਿਆ ਮੰਤਰੀ ਰਾਜਨਾਥ ਸਿੰਘ ਬਣਾਏ ਗਏ ਨੇ, ਅਤੇ ਜੇ ਬਿਜਲੀ ਮੰਤਰੀ ਦਾ ਮੈਂ ਜ਼ਿਕਰ ਕਰਾਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਉਹ ਜ਼ਿੰਮੇਵਾਰੀ ਸੌਂਪੀ ਗਈ ਹੈ। ਤਾਂ ਰਵਨੀਤ ਬਿੱਟੂ ਬੇਅੰਤ ਸਿੰਘ ਦੇ ਪੋਤੇ ਦੀ ਐਂਟਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ 3.0 'ਚ ਹੋ ਚੁੱਕੀ ਹੈ। ਘੱਟ ਗਿਣਤੀ ਡਿਪਾਰਟਮੈਂਟ ਰਵਨੀਤ ਬਿੱਟੂ ਨੂੰ ਦਿੱਤਾ ਗਿਆ। ਬਿੱਟੂ ਕੀ ਕੁਛ ਖਾਸ ਕਰਨਗੇ? ਪੰਜਾਬ ਦੇ ਲੁਧਿਆਣਾ ਤੋਂ ਸਾਬਕਾ ਸੰਸਦ ਜਿਹੜੇ ਕਿ ਬੜੇ ਫਾਈਟ ਦੇ ਰਹੇ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥੋਂ, ਬਿੱਟੂ ਹਾਰ ਕੇ ਵੀ ਜਿੱਤ ਚੁੱਕੇ ਨੇ। ਇੱਕ ਵੱਡਾ ਸਿਆਸੀ ਸੈਟਬੈਕ ਉਹਨਾਂ ਲੀਡਰਾਂ ਲਈ ਹੈ ਜਿਨ੍ਹਾਂ ਦੀ ਰਵਨੀਤ ਬਿੱਟੂ ਨਾਲ ਬਣਦੀ ਨਹੀਂ ਸੀ, ਜਾਂ ਜਿਨ੍ਹਾਂ ਨੇ ਬਹੁਤ ਜ਼ੋਰ ਲਾਇਆ ਕਿ ਰਵਨੀਤ ਬਿੱਟੂ ਜਿੱਤਣੇ ਨਹੀਂ ਚਾਹੀਦੇ, ਭਾਵੇਂ